ਵੈਲਕਮ ਫਰੈਂਡਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਐਂਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਕਰਨ ਜਾ ਰਹੇ ਹਾਂ ਜੀ ਇੰਪੋਰਟੈਂਟ ਟਾਪਿਕ ICT ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਜੀ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਵਿੱਚ ICT ਦੇ ਵਿੱਚ ਕੀ-ਕੀ ਸ਼ਾਮਿਲ ਹੈ ਇਸ ਦੇ ਵਿੱਚ ਸ਼ਾਮਿਲ ਹੈ ਜੀ ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਡਿਜੀਟਲ ਕੈਮਰੇ ਅਤੇ ਵੀਡੀਓ ਕੈਮਰੇ ਇਸ ਤੋਂ ਇਲਾਵਾ ਇੰਟਰਨੈਟ ਟੈਲੀਕਮਿਊਨੀਕੇਸ਼ਨ ਟੂਲਸ ਪ੍ਰੋਗਰਾਮੇਬਲ ਕਿਡਾਉਣੇ ਅਤੇ ਹੋਰ ਬਹੁਤ ਸਾਰੇ ਯੰਤਰ ਅਤੇ ਸੌਮੇ ਇਹ ਸਾਰੇ ਆਈਸੀਟੀ ਦੇ ਵਿੱਚ ਸ਼ਾਮਿਲ ਹਨ ਜੀ ਆਓ ਇਸ ਤੋਂ ਬਾਅਦ ਆਪਾਂ ਜੀ ਇਸ ਦੇ ਨਾਲ ਰਿਲੇਟਡ ਵੈਰੀ ਇੰਪੋਰਟੈਂਟ ਐਮਸੀਕਿਊਜ਼ ਕਰਨ ਜਾ ਰਹੇ ਹਾਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਆਪਣਾ ਫਰਸਟ ਕੁਐਸਚਨ ਹੈ ਜੀ ਅਧਿਆਪਨ ਅਤੇ ਸਿੱਖਣ ਲਈ ਆਈਸੀਟੀ ਕਿਉਂ ਮਹੱਤਵਪੂਰਨ ਹੈ ਵਾਈ ਇਸ ਆਈਸੀਟੀ ਇੰਪੋਰਟੈਂਟ ਫॉर ਟੀਚਿੰਗ ਐਂਡ ਲਰਨਿੰਗ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপশন ডি অপਰোক ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ கரੈਕਟ ਨੇ ਅਧਿਆਪਨ ਅਤੇ ਸਿੱਖਣ ਲਈ ਆਈਸੀਟੀ ਮਹੱਤਵਪੂਰਨ ਹੈ ਕਿਉਂਕਿ ਸਿੱਖਿਆ ਦੀ ਗੁਣਵਤਾ ਵਧਾਉਂਦੀ ਹੈ ਜੀ ਇਹ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਇਹ ਇੰਪੋਰਟੈਂਟ ਹੈ ਰਵਾਇਤੀ ਵਿਧੀ ਵਿੱਚ ਪਰਿਵਰਤਨ ਲਈ ਇੰਪੋਰਟੈਂਟ ਹੈ ਇਸ ਤਰ੍ਹਾਂ ਇਹ ਸਾਰੇ ਹੀ ਆਪਸ਼ਨਸ ਨੇ ਜਿਹੜੀਆਂ ਬਿਲਕੁਲ கரੈਕਟ ਨੇ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਆਈਸੀਟੀ ਬੱਚਿਆਂ ਦੀ ਭਾਸ਼ਾ ਦੇ ਵਿਕਾਸ ਵਿੱਚ ਡੈਸ਼ ਦੁਆਰਾ ਸਹਾਇਤਾ ਕਰਦੀ ਹੈ ICT helps children in the development of language with the use of ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ D ਉਪਰੋਕਤ ਸਾਰੇ ICT ਬੱਚਿਆਂ ਦੀ ਭਾਸ਼ਾ ਦੇ ਵਿੱਚ ਭਾਸ਼ਾ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ ਤਸਵੀਰਾਂ ਦੁਆਰਾ ਪਿਕਚਰਸ ਵਰਡ ਗੇਮਸ ਪਰਸਪਰ ਪ੍ਰਭਾਵਸ਼ੀਲ ਕਹਾਣੀਆਂ ਇੰਟਰਐਕਟਿਵ ਸਟੋਰੀਜ਼ ਦੇ ਯੂਜ਼ ਦੁਆਰਾ ਇਸ ਤਰ੍ਹਾਂ ਆਪਣੀ ਆਪਸ਼ਨ D ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਸਿੱਖਣ ਨੂੰ ਸਭ ਤੋਂ ਵੱਧ ਦਿਲਚਸਪ ਬਣਾਉਂਦਾ ਹੈ ਵਿਚ ਆਫ ਦਾ ਫੋਲੋਇੰਗ ਮੇਕਸ ਲਰਨਿੰਗ ਮੋਸਟ ਇੰਟਰਸਟਿੰਗ ਫਾਰ ਪ੍ਰੀ ਪ੍ਰਾਇਮਰੀ ਚਿਲਡਰਨ ਤਾਂ ਆਪਣੇ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ ਐਨੀਮੇਸ਼ਨ ਹੈ ਜਿਹੜਾ ਇਹ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਸਿੱਖਣ ਨੂੰ ਸਭ ਤੋਂ ਵੱਧ ਦਿਲਚਸਪ ਬਣਾਉਂਦਾ ਹੈ ਜੀ ਇਸ ਤਰ੍ਹਾਂ ਆਪਸ਼ਨ ਏ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪ੍ਰੀ ਪ੍ਰਾਇਮਰੀ ਅਧਿਆਪਕ ਦੁਆਰਾ ਵਰਤੇ ਗਏ ਆਈਸੀਟੀ ਟੂਲਸ ਹੋਣੇ ਚਾਹੀਦੇ ਹਨ ਯੂਜ਼ ਆਫ ਆਈਸੀਟੀ ਟੂਲਸ ਬਾਏ ਅ ਪ੍ਰਾਇਮਰੀ ਟੀਚਰ ਸ਼ੁੱਡ ਬੀ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ ਅਪਰੋਕ ਸਾਰੀਆਂ ਜਿਹੜੀਆਂ ਆਪਸ਼ਨਸ ਨੇ ਕਰੈਕਟ ਨਹੀਂ ਜੀ ਪ੍ਰੀ ਪ੍ਰਾਇਮਰੀ ਅਧਿਆਪਕ ਦੁਆਰਾ ਵਰਤੇ ਗਏ ਆਈਸੀਟੀ ਟੂਲਸ ਨੇ ਜਿਹੜੇ ਉਹ ਅਰਥਪੂਰਨ ਹੋਣੇ ਚਾਹੀਦੇ ਹਨ ਸਿੱਖਿਆਤਮਕ ਹੋਣੇ ਚਾਹੀਦੇ ਹਨ ਅਤੇ ਪਾਠਕ੍ਰਮ ਦੇ ਅਨੁਸਾਰ ਹੋਣੇ ਚਾਹੀਦੇ ਹਨ ਜੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਜੀ ਫਰੈਂਡਸ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਜਦੋਂ ਬੱਚੇ ਆਈਸੀਟੀ ਦੀ ਵਰਤੋਂ ਕਰਦੇ ਹਨ ਇੱਕ ਪ੍ਰੀ ਪ੍ਰਾਇਮਰੀ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਵੈਨ ਚਿਲड्रन ਯੂਜ਼ ਆਈਸੀਟੀ ਅ ਪ੍ਰੀ ਪ੍ਰਾਇਮਰੀ ਟੀਚਰ ਸ਼ੁੱਡ ਆਪਣਾ ਇਸ ਕੁਐਸਚਨ ਦਾ ਸਹੀ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਜਦੋਂ ਬੱਚੇ ਆਈਸੀਟੀ ਦੀ ਵਰਤੋਂ ਕਰਦੇ ਹਨ ਤਾਂ ਇੱਕ ਪ੍ਰੀ ਪ੍ਰਾਇਮਰੀ ਟੀਚਰ ਨੂੰ ਸੇਤ ਅਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਸਿੱਖਣ ਦੌਰਾਨ ਮੁਲਾਂਕਣ ਦੀ ਵਰਤੋਂ ਕਰਨੀ ਚਾਹੀਦੀ ਹੈ ਯੂਜ਼ ਫਾਰਮੇਟਿਵ ਅਸੈਸਮੈਂਟ ਬੱਚਿਆਂ ਲਈ ਟੁਕਮਾ ਵਿਸ਼ਾ ਵਸਤੂ ਹੈ ਜਿਹੜਾ ਉਸ ਦੀ ਚੋਣ ਕਰਨੀ ਚਾਹੀਦੀ ਹੈ ਜੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਜੀ ਫਰੈਂਡਸ ਆਪਣਾ ਅਗਲਾ ਕੁਐਸਚਨ ਹੈ ਜੀ ਆਈ ਸੀ ਟਿ ਕਿਸ ਨਾਲ ਸੰਬੰਧਿਤ ਨਹੀਂ ਹੈ ਆਈ ਸੀ ਟਿ ਇਜ਼ ਨਾਟ ਰਿਲੇਟਡ ਟੂ ਇਸ ਕੁਐਸਚਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ ਕਲਪਨਾ ਦੇ ਨਾਲ ਸਬੰਧਿਤ ਨਹੀਂ ਹੈ ਜੀ ਇਮੇਜਿਨੇਸ਼ਨ ਦੇ ਨਾਲ ਸਬੰਧਿਤ ਨਹੀਂ ਹੈ ਆਈਸੀਟੀ ਇਸ ਤਰ੍ਹਾਂ ਆਪਣੀ অপਸ਼ਨ A ਕਰੈਕਟ ਹੈ ਜੀ ਬਾਕੀ ਸਭ ਦੇ ਨਾਲ ਜਿਹੜੀ ਆਈਸੀਟੀ ਸਬੰਧਿਤ ਹੈ ਜੀ ਰੀਸੀਵ ਕਰਨਾ ਰੀਟਰੀਵ ਕਰਨਾ ਕ੍ਰੀਏਟ ਕਰਨਾ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪ੍ਰੀ ਪ੍ਰਾਇਮਰੀ ਅਧਿਆਪਕ ਆਈਸੀਟੀ ਦੀ ਵਰਤੋਂ ਕਿਸ ਲਈ ਕਰ ਸਕਦੇ ਹਨ ਫੋਰ ਵਿਚ ਆਫ ਦਾ ਫੋਲੋਇੰਗ ਅ ਪ੍ਰਾਇਮਰੀ ਟੀਚਰ ਕੈਨ ਯੂਜ਼ ਆਈਸੀਟੀ ਫਰੈਂਡਸ ਇਸ ਕੁਐਸਚਨ ਨੂੰ ਸਹੀ ਕਰ ਲੈਣਾ ਇਸ ਦੇ ਵਿੱਚ ਨਹੀਂ ਆਏਗਾ ਪ੍ਰੀ ਪ੍ਰਾਇਮਰੀ ਅਧਿਆਪਕ ਆਈਸੀਟੀ ਦੀ ਵਰਤੋਂ ਕਿਸ ਲਈ ਨਹੀਂ ਕਰ ਸਕਦੇ ਹਨ ਫॉर ਵਿਚ ਆਫ ਦਾ ਫੋਲੋਇੰਗ ਅ ਪ੍ਰੀ ਪ੍ਰਾਇਮਰੀ ਟੀਚਰ ਕੈਨ ਨਾਟ ਯੂਜ਼ ਆਈਸੀਟੀ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਲਈ ਪ੍ਰੀ ਪ੍ਰਾਇਮਰੀ ਜਿਹੜੇ ਅਧਿਆਪਕ ਨੇ ਉਹ ਆਈਸੀਟੀ ਦੀ ਵਰਤੋਂ ਨਹੀਂ ਕਰ ਸਕਦੇ ਹਨ ਜੀ ਬਾਕੀ ਦੇ ਲਈ ਆਈਸੀਟੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ ਬੱਚਿਆਂ ਦਾ ਰਿਕਾਰਡ ਰੱਖਣ ਦੇ ਲਈ ਬੱਚਿਆਂ ਦੇ ਸਿੱਖਣ ਨੂੰ ਉਹਨਾਂ ਦੇ ਮਾਪਿਆਂ ਨਾਲ ਸਾਂਝਾ ਕਰਨ ਦੇ ਲਈ ਇਸ ਤੋਂ ਇਲਾਵਾ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਲਈ ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ A ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਅਧਿਆਪਨ ਸਿੱਖਣ ਅਤੇ ਮੁਲਾਂਕਣ ਵਿੱਚ ICT ਕਿਵੇਂ ਸਹਾਈ ਹੈ ਹਾਊ ਡਸ ICT سپورਟ ਦ ટીਚਿੰਗ ਲਰਨਿੰਗ ਐਂਡ ਅਸੈਸਮੈਂਟ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপশন ডি অপরোক सारे जेडिया ऑप्शंस ਨੇ ਬਿਲਕੁਲ ਕਰੈਕਟ ਨੇ ਅਧਿਆਪਨ ਸਿੱਖਣ ਅਤੇ ਮੁਲਾਂਕਣ ਦੇ ਵਿੱਚ ਆਈਸੀਟੀ ਸਹਾਇਕ ਹੈ ਜਿਵੇਂ ਕਿ ਇਸ ਨੂੰ ਕਿਤੇ ਵੀ ਕਿਸੇ ਵੀ ਸਮੇਂ ਸਿੱਖਣ ਸੌਮਿਆਂ ਦੇ ਮੁਲਾਂਕਣ ਦੇ ਲਈ ਹੀ ਮੌਕੇ ਪ੍ਰਦਾਨ ਕਰਦੀ ਹੈ ਬੱਚੇ ਨੂੰ ਆਪਣੀ ਗਤੀ ਨਾਲ ਸਿੱਖਣ ਵਿੱਚ ਸਹਾਇਕ ਹੈ ਸਿੱਖਣ ਨੂੰ ਵਧਾਉਣ ਸਿੱਖਣ ਨੂੰ ਵਧਾਉਣ ਲਈ ਦੇਖਣ ਸੁਣਨ ਦੇ ਨਾਲ ਨਾਲ ਹੋਰ ਗਿਆਨ ਇੰਦਰੀਆਂ ਨੂੰ ਵੀ ਇਹ ਸ਼ਾਮਿਲ ਕਰਦੀ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ অপਸ਼ਨ ডি ਕਰੈਕਟ ਹੈ ਜੀ ਆਪਣਾ ਅਗਲਾ ਪ੍ਰਸ਼ਨ ਹੈ ਜੀ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਵਿੱਚ ਸ਼ਾਮਿਲ ਹੈ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਆਈਸੀਟੀ ਇਨਕਲੂਡਸ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਆਈਸੀਟੀ ਦੇ ਵਿੱਚ ਇਹ ਸਾਰੇ ਸ਼ਾਮਿਲ ਹਨ ਜੀ ਜਿਵੇਂ ਕਿ ਆਨਲਾਈਨ ਲਰਨਿੰਗ ਵੈਬ ਆਧਾਰਿਤ ਲਰਨਿੰਗ ਅਤੇ ਐਜੂਸੈਟ ਦੀ ਵਰਤੋਂ ਦੁਆਰਾ ਲਰਨਿੰਗ ਇਸ ਤਰ੍ਹਾਂ অপਸ਼ਨ ਡੀ ਕਰੈਕਟ ਹੈ ਜੀ ਆਪਣਾ ਅਗਲਾ ਪ੍ਰਸ਼ਨ ਹੈ ਜੀ NMEICT ਦਾ ਪੂਰਾ ਨਾਮ ਕੀ ਹੈ ਤਾਂ ਆਪਣਾ ਸਹੀ ਉਤਰ ਹੈ ਜੀ অপਸ਼ਨ B NMEICT ਦਾ ਪੂਰਾ ਨਾਮ ਹੈ ਜੀ ਨੈਸ਼ਨਲ ਮਿਸ਼ਨ ਔਨ এডੂਕੇਸ਼ਨ ਥਰੂ ICT ਇਸ ਤਰ੍ਹਾਂ অপਸ਼ਨ B ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਸ਼ਿੱਖਿਆ ਦੇ ਖੇਤਰ ਵਿੱਚ ਸਿੱਖਣ ਪ੍ਰਕਿਰਿਆ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਡੈਸ਼ ਕਿਹਾ ਜਾਂਦਾ ਹੈ? ਦ ਯੂਜ਼ ਆਫ ਟੈਕਨੋਲੋਜੀ ਟੂ ਅਨਹਾਂਸ ਲਰਨਿੰਗ ਪ੍ਰੋਸੈਸ ਇਜ਼ ਕਾਲਡ ਡੈਸ਼ ਇਨ ਐਜੂਕੇਸ਼ਨ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਕਿਹਾ ਜਾਂਦਾ ਹੈ ਜੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਿੱਖਿਆ ਦੇ ਖੇਤਰ ਵਿੱਚ ਸਿੱਖਣ ਪ੍ਰਕਿਰਿਆ ਨੂੰ ਵਧਾਉਣ ਦੇ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਆਈਸੀਟੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਜੀ ਫਰੈਂਡਸ ਆਪਣਾ ਅਗਲਾ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਵਿਚ ਆਫ ਦਾ ਫੋਲੋਇੰਗ ਇਜ਼ கரੈਕਟ ਸਟੇਟਮੈਂਟ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੇ ਕਥਨ ਨੇ ਬਿਲਕੁਲ ਸਹੀ ਨੇ ਬੱਚੇ ਦੇ ਸਿੱਖਣ ਵਿੱਚ ਸਮੱਸਿਆ ਨੂੰ ਜਾਂਚਣ ਲਈ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਮਨੋਵਿਗਿਆਨਿਕ ਟੈਸਟ ਕਰਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਕੰਪਿਊਟਰ ਅਧਿਆਪਨ ਪੇਸ਼ੇ ਦੇ ਵਿਕਾਸ ਦੇ ਲਈ ਲਾਭਦਾਇਕ ਹਨ ਇਸ ਤਰ੍ਹਾਂ অপਸ਼ਨ ਡੀ கரੈਕਟ ਹੈ ਜੀ ਆਪਣਾ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪ੍ਰੀ ਪ੍ਰਾਇਮਰੀ ਸਿੱਖਿਆ ਵਿੱਚ ਆਈਸੀਟੀ ਦੇ ਮਹੱਤਵ ਨੂੰ ਕਿਹੜਾ ਕਾਰਨ ਦਰਸਾਉਂਦਾ ਹੈ ਫॉर ਵਿਚ ਰੀਜ਼ਨ ਆਈਸੀਟੀ ਇਜ਼ ਇੰਪੋਰਟੈਂਟ ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਪ੍ਰੀ ਪ੍ਰਾਇਮਰੀ ਸਿੱਖਿਆ ਦੇ ਵਿੱਚ ਆਈਸੀਟੀ ਦੇ ਮਹੱਤਵ ਨੂੰ ਇਹ ਕਾਰਨ ਦਰਸਾਉਂਦੇ ਹਨ ਜੀ ਜਿਵੇਂ ਕਿ ICT ਦਾ ਪਹਿਲਾਂ ਤੋਂ ਹੀ ਬੱਚਿਆਂ ਲੋਕਾਂ ਅਤੇ ਵਾਤਾਵਰਣ ਦੇ ਪ੍ਰਭਾਵ ਹੈ ICT ਦੀ ICT ਅਭਿਆਸ ਦੇ ਬਹੁਤ ਸਾਰੇ ਪਹਿਲੂਆਂ ਨੂੰ ਮਜ਼ਬੂਤ ਕਰਨ ਦੇ ਨਵੇਂ ਮੌਕੇ ਪ੍ਰਦਾਨ ਕਰਦੀ ਹੈ ਪਾਠਕ੍ਰਮ ਅਧਿਆਪਨ ਅਤੇ ਸਿੱਖਣ ਅਭਿਆਸ ਦੇ ਵਿਕਾਸ ਵਿੱਚ ਦਿਲਚਸਪੀ ਪੈਦਾ ਕਰਦੀ ਹੈ ਜੀ ਇਸ ਤਰ੍ਹਾਂ অপਸ਼ਨ D ਕਰੈਕਟ ਹੈ ਜੀ ਆਪਣਾ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਆਈਸੀਟੀ ਦਾ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਵਿਕਾਸ ਦੇ ਕਿਹੜੇ ਪਹਿਲੂ ਨੂੰ ਨੁਕਸਾਨ ਹੋ ਸਕਦਾ ਹੈ ਜੀ ਆਈਸੀਟੀ ਕੈਨ ਹੈਵ ਨੈਗੇਟਿਵ ਇਫੈਕਟ ਔਨ ਵਿਚ ਐਸਪੈਕਟ ਆਫ ਪ੍ਰੀ ਪ੍ਰਾਇਮਰੀ ਚਿਲਡਰਨਸ ਡਿਵੈਲਪਮੈਂਟ ਇਸ ਕੁਸ਼ਨ ਦਾ ਸਹੀ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਆਈਸੀਟੀ ਦਾ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਵਿਕਾਸ ਦੇ ਬਹੁਤ ਬੋਧਿਕ ਵਿਕਾਸ ਤੇ ਨੁਕਸਾਨ ਪੈ ਸਕਦਾ ਹੈ ਜੀ ਸਮਾਜਿਕ ਵਿਕਾਸ ਸਰੀਰਕ ਵਿਕਾਸ ਇਨਾਂ ਤੇ ਆਈਸੀਟੀ ਦਾ ਨੁਕਸਾਨ ਵੀ ਹੋ ਸਕਦਾ ਹੈ ਜੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਪ੍ਰੀ ਪ੍ਰਾਇਮਰੀ ਸਿੱਖਿਆ ਵਿੱਚ ਆਈਸੀਟੀ ਦੀ ਵਰਤੋਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਵਿਚ ਸਟੇਟਮੈਂਟ ਇਜ਼ ਨਾਟ ਕਰੈਕਟ ਅਬਾਊਟ ਦਾ ਯੂਜ਼ ਆਫ ਆਈਸੀਟੀ ਇਨ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ ICT ਪ੍ਰੀ ਪ੍ਰਾਇਮਰੀ ਬੱਚਿਆਂ ਲਈ ਸਿੱਖਿਆ ਨੂੰ ਔਖਾ ਬਣਾਉਂਦੀ ਹੈ ਇਹ ਜਿਹੜਾ ਕਥਨ ਹੈ ਜੀ ਇਹ ਸਹੀ ਨਹੀਂ ਹੈ ਇਸ ਤਰ੍ਹਾਂ ਆਪਣੀਆਂ ਆਪਸ਼ਨ ਸੀ கரੈਕਟ ਹੈ ਜੀ ਬਾਕੀ ਦੇ ਸਾਰੇ ਜਿਹੜੇ ਸਟੇਟਮੈਂਟਸ ਨੇ ਬਿਲਕੁਲ கரੈਕਟ ਨੇ ICT ਪ੍ਰੀ ਪ੍ਰਾਇਮਰੀ ਸਿੱਖਿਆ ਵਿੱਚ ਯੋਜਨਾਬੰਦੀ ਦਾ ਸਮਰਥਨ ਕਰਦੀ ਹੈ ICT ਵੱਖ-ਵੱਖ ਸਥਾਨਾਂ ਵਿੱਚਕਾਰ ਜਾਣਕਾਰੀ ਦੇ ਤਬਾਦਲੇ ਦਾ ਪ੍ਰਬੰਧ ਕਰਦੀ ਹੈ ਅਤੇ ICT ਛੋਟੇ ਬੱਚਿਆਂ ਨੂੰ ਆਸਾਨੀ ਦੇ ਨਾਲ ਸਿੱਖਣ ਵਿੱਚ ਆਕਰਸ਼ਿਤ ਕਰਦੀ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਫੋਟੋਆਂ ਟੈਕਸਟ ਵੀਡੀਓਜ਼ ਅਤੇ ਐਨੀਮੇਸ਼ਨ ਨੂੰ ਕਿਹਾ ਜਾਂਦਾ ਹੈ ਪਿਕਚਰਸ ਟੈਕਸਟ ਵੀਡੀਓਜ਼ ਐਂਡ ਐਨੀਮੇਸ਼ਨ ਇਸ ਕਾਲਡ ਤਾਂ ਆਪਣਾ ਸਹੀ ਉੱਤਰ ਹੈ ਜੀ অপਸ਼ਨ ਸੀ ਇਸ ਨੂੰ ਮਲਟੀਮੀਡੀਆ ਕਿਹਾ ਜਾਂਦਾ ਹੈ ਜੀ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ অপਸ਼ਨ ਸੀ ਕਰੈਕਟ ਹੈ ਜੀ ਫਰੈਂਡਸ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਸਮਾਪਤ ਹੁੰਦੀ ਹੈ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ ਫਾਰ ਵਾਚਿੰਗ